ਸਰ ਬੱਚੇ ਨੂੰ ਲੈਬ ਚੱਲੇ ਹੋ? ਗੁੱਡੀ ਚਾੜਨ ਦੇ ਜੁਰਨ ਚ ਲੈਬ ਚੱਲੇ ਹੋ? ਠੀਕ। ਠੀਕ ਹੈ ਠੀਕ ਹੈ। ਘਰ ਇੱਕ ਬੱਚਾ ਬਣਾ ਕੇ ਮੋਮੀ ਕਾਗਜ਼ ਦੀ ਗੁੱਡੀ, ਠੀਕ ਹੈ, ਉਹ ਫੜ ਕੇ ਤੇ ਧਾਗੇ ਨਾਲ ਚਾੜਦਾ, ਇਹ ਗੱਲ ਹੈ ਨਾ? ਤੇ ਤੁਸੀਂ ਉਹਨੂੰ ਫੜ ਕੇ ਤੇ ਥਾਣੇ ਲੈ ਕੇ ਚੱਲੇ ਹੋ, ਇੱਕ 4 ਸਾਲ ਦੇ ਬੱਚੇ ਨੂੰ, ਠੀਕ ਹੈ। ਫਿਰ ਤੁਸੀਂ ਦਰਵਾਜ਼ਾ ਖੜਕਾਇਆ ਨੀਚੇ, ਕੋਈ ਆਇਆ ਨੀਚੇ? ਅੱਛਾ, ਤੇ ਤੁਸੀਂ ਬਗੈਰ ਇਜਾਜ਼ਤ ਕਿਸੇ ਵੱਡੇ ਤੋਂ ਤੁਸੀਂ ਅੰਦਰ ਘਰ ਦਾਖਲ ਹੋ ਗਏ ਹੋ? ਬਜ਼ੁਰਗ ਕੋਈ ਨੀ ਹੈ ਇੱਥੇ, ਉਹ ਥੱਲੇ ਕਾਰਖਾਨੇਦਾਰ ਨੇ, ਦੁਕਾਨਦਾਰ ਨੇ, ਠੀਕ ਹੈ। ਤੁਸੀਂ ਬਗੈਰ ਪੁੱਛਣ ਤੋਂ ਤੁਸੀਂ ਅੰਦਰ ਦਾਖਲ ਹੋਏ ਹੋ, ਲੇਡੀਜ਼ ਘਰ ਨੇ, ਠੀਕ ਹੈ ਨੇ ਘਰ ਘਰ ਨੇ, ਠੀਕ ਹੈ। ਇਹ ਜਿਹੜਾ ਨਾ ਇਹ ਤਰੀਕਾ ਤੁਹਾਡਾ ਨੀ ਸਹੀ, ਤੁਸੀਂ ਥੱਲੇ ਪੁੱਛਦੇ ਵੱਡੇ ਇਹਨਾਂ ਦੇ ਕਿਹੜੇ ਨੇ, ਤੁਸੀਂ ਉੱਥੋਂ ਸਾਨੂੰ ਆ ਕੇ ਮਿਲਦੇ, ਅਸੀਂ ਉਹ ਤੁਹਾਨੂੰ ਬੱਚਾ ਦਿੰਦੇ, ਜੋ ਵੀ ਗੱਲ ਸੀ, ਠੀਕ ਹੈ। ਕਿਹੜੇ ਸਿਆਣੇ ਬੰਦੇ? ਉਹ ਦੁਕਾਨਦਾਰ ਜਿਹੜੇ ਥੱਲੇ ਨੇ, ਜਿਹੜੇ ਥੱਲੇ ਦੁਕਾਨਦਾਰ ਨੇ ਉਹਨਾਂ ਘੱਲਿਆ ਤੁਹਾਨੂੰ? ਉਹ ਤੇ ਇੱਕ ਹਰਾਦੀਏ ਨੇ, ਕਿਰਾਏਦਾਰ ਨੇ, ਉਹ ਉਹਨਾਂ ਦੇ ਵਾਰਸ ਤੇ ਨਹੀਂ ਹੈ। ਤੁਸੀਂ ਥੱਲੇ ਉਹਨਾਂ ਨੂੰ ਪੁੱਛਦੇ ਇਹਨਾਂ ਦੇ ਵਾਰਸ ਕਿਹੜੇ ਨੇ ਵੱਡੇ? ਤੁਸੀਂ ਪਾਗਲ ਤੇ ਨਹੀਂ ਹੈਗੇ ਭਾਈ ਜਾਨ? ਤੁਸੀਂ ਅਜੇ ਬਿਲਾ ਇਜਾਜ਼ਤ ਅੰਦਰ ਘਰ ਇੱਕ ਚ ਵੜੇ ਹੋ, ਗੁੱਡੀ ਦੇ ਚੱਕਰ ਚ ਬਸ, ਕਿ ਇੱਕ ਬੱਚਾ ਗੁੱਡੀ ਚਾੜਦਾ ਪਿਆ, ਠੀਕ ਹੈ। ਗੁੱਡੀ ਵੀ ਕਿਹੜੀ ਚਾੜਦਾ ਪਿਆ? ਮੋਮੀ ਕਾਗਜ਼ ਦੀ, ਇੰਝ ਹੀ ਗੱਲ, ਮੋਮੀ ਕਾਗਜ਼ ਦੀ ਗੁੱਡੀ ਪਿਆ ਚਾੜਦਾ, ਠੀਕ ਹੈ, ਸਹੀ। ਤੂੰ ਜਿੱਥੇ ਭਾ ਪੁੱਤ, ਚਲੋ ਠੀਕ ਹੈ ਸਰ, ਠੀਕ, ਜ਼ਬਰਦਸਤ। ਇੱਕ ਮੋਮੀ ਕਾਗਜ਼ ਦੀ ਗੁੱਡੀ ਦੇ ਚੱਕਰ ਚ ਜਾਂ ਤੇ ਉਹਨੇ ਕੋਈ ਬੜਾ ਚੜਦਾ, ਉਹ ਸਰ ਤੁਹਾਡੀ ਮੈਂ ਗੱਲ ਮੰਨਣਾ ਪਿਆ, ਪਰ ਇਹ ਜਿਹੜਾ ਤੁਸੀਂ ਕੰਮ ਕੀਤਾ ਘਰ ਦੇ ਵਿੱਚ, ਤੁਸੀਂ ਬਗੈਰ ਵੱਡੇ ਕਿਸੇ ਦੀ ਇਜਾਜ਼ਤ ਤੋਂ ਤੁਸੀਂ ਅੰਦਰ ਐਂਟਰ ਹੋਏ ਹੋ, ਤੇ ਸਰ ਤੁਸੀਂ ਕਿਸੇ ਉਹਨਾਂ ਥੱਲਿਓ ਪੁੱਛੋ ਨਾ, ਕਿਹਨੂੰ ਪੁੱਛਿਆ ਤੁਸਾਂ? ਕਿਉਂਕਿ ਇੱਕ ਦੁਕਾਨਦਾਰ ਦੀ ਇਜਾਜ਼ਤ ਦੇ ਨਾਲ ਤੁਸੀਂ, ਠੀਕ ਹੈ, ਚਲੋ ਠੀਕ ਹੈ। ਮਕਾਨ ਦਾ ਮਾਲਕ ਕੋਈ ਵੀ ਨਹੀਂ ਆਇਆ ਇੱਥੇ, ਠੀਕ ਹੈ। ਜਾ ਜਾ ਲੈ ਜਾ, ਲੈਜੋ ਲੈਜੋ ਬੱਚੇ ਨੂੰ, ਲੈ ਜਾਓ ਤੁਸੀਂ। ਜਾ ਜਾ ਖੇ ਲੈ ਜਾ, ਲੈ ਜਾ, ਕੋਈ ਗੱਲ ਨਹੀਂ।